ਅਸਲਾਮ ਵਾਲੇਕੁਮ, ਕਿਆ ਹਾਲ ਹੈ? ਠੀਕ ਹੋ? ਸ਼ੁਕਰ ਅਲਹਮਦੁਲਿਲਾ, ਤੁਸੀਂ ਵੀ ਠੀਕ ਹੋ ਤੇ ਅਸਾਂ ਵੀ ਠੀਕ ਹੈ, ਸ਼ੁਕਰ ਹੈ। ਬਾਰਿਸ਼ ਬਣੀ ਵਧੀ ਹੈ, ਅਸਾਂ ਕਿ ਥੋੜ੍ਹਾ ਜੋ ਕੰਡੇ ਬਣਾ ਕੇ ਨੂੰ ਰੋਟੀ ਪੱਕੇ ਸੁਣਦਾ ਗੈਸ ਕਹਿਣ ਆਏ ਅਤੇ ਵਕਤੀ ਰੋਟੀ ਬਣਾ ਕੇ ਨੂੰ ਪਹਿਲਾਂ ਧਾਰੀ ਨਹੀਂ ਇਸ ਵੱਲ ਕਿਉਂ ਨਾ ਥੀ ਵੰਜੇ ਬਾਰਿਸ਼ ਆ ਵੰਜੇ ਪੁੱਸ ਨਾ ਵੰਜੇ ਲੱਕੜੀ ਪੁੱਸ ਵੰਜੇ ਇਹ ਲੱਕੜੀ ਨੂੰ ਕੰਡੇ ਹਨ ਅਤੇ ਇਹਨਾਂ ਨੂੰ ਬੰਨਦੇ ਥੋੜ੍ਹਾ ਰੱਖਿਆ ਨਹੀਂ ਬੈਠਿਆ ਅਤੇ ਕਾਗਜ਼ ਸਾਗਜ਼ ਸੀ ਪੈਣ ਇਸ ਨਾਲ ਥੀ ਵੰਜੇ ਕਈ ਵੇਲੇ ਗੈਸ ਪਵਾ ਕੇ ਤਾਂ ਕਈ ਵੇਲੇ ਲੱਕੜੀ ਦੇ ਪਕਾ ਕੇ ਦੀ ਜੋ ਤੱਕੇ ਬਈ ਪਰੇਸ਼ਾਨੀ ਨਾ ਪੀ ਕੰਡੇ ਵੀ ਲੱਗਦੇ ਨੇ ਕੰਡੇ ਲੱਗਦੇ ਨੇ ਚਲੋ ਖਿਆਲ ਨਾ ਗੈਸ ਕਹਿੰਦਾ ਕਿ ਚੁੱਲ੍ਹੇ 'ਤੇ ਬਣਾਉਂ ਚਾ ਚੁੱਲ੍ਹੇ 'ਤੇ ਬਣਾ ਦੇ ਜਲਦੀ ਜਲਦੀ ਦੇ ਜਾਨ ਛੋੜੋ ਚਾ ਲਾਈਟ ਆ ਵੰਜੇ ਲਾਈਟ ਕਹਿਣੀ ਮਾਤੀ ਤੰਗ ਨਾ ਕੀਤਾ ਮਾਤੀ ਸਵੇਰ ਦਾ ਭਾਲ ਲਾਉ ਮਚਾ ਏ ਹਰ ਕਿਉਂ ਤੁੜਿਆ ਨਹੀਂ ਹੈ ਦੇਖਾ ਕੁੱਤਾ ਬਾਤੇ ਵੀ ਦੇਖਾ ਆਪ ਕੀ ਆਪਣੇ ਤੁਮ ਜੀ ਆਜ ਹੈ ਦੇਖਾ ਤੂੰ ਗਿੰਦਾ ਤੇ ਕੋਟਾ ਠਾਕੀ ਰਮ ਕਰ ਲੋ ਹੜ ਮੇਰਾ ਪੋਛਣ ਨਾ ਕਰੋ ਜਿਲੋ ਦਮਾ ਮਿੱਟੀ ਸਟੋ ਚਲੋ ਮੇਰਾ ਪੋਛਣ ਚਾ ਵੋਏ ਇਹ ਹੁਣ ਚਾ ਬਣੇ ਤੇ ਬੈਠੇ ਵੇ ਚਾ ਲਿੰਬੇ ਦੇ ਬੈਠੇ ਵੇ ਦੇਖਾਂ ਗੰਦ ਖਰਾਬਾ ਖਿਡਾਈ ਬੈਠੇ ਵੇ ਹੈ ਸਲਾਮ ਅਲੈਕੁਮ ਕਿਆ ਹਾਲ ਹੈ ਠੀਕ ਕਿਵੇਂ ਖੁਸ਼ ਵੇ ਤਬੀਅਤ ਸੇ ਠੀਕ ਕਿਵੇਂ ਸਾਡਾ ਸਹੀ ਇਲਾਕਾ ਪੰਜਾਬ ਜਿਹੜਾ ਹੈ ਦੇਖੋ ਸਾਡੇ ਇਲਾਕਾ ਪੰਜਾਬ 'ਤੇ ਜਿਹੜਾ ਨਾ ਸਰ ਥੋੜ੍ਹਾ ਵਹਿੰਦੇ ਪਏ ਆਪ ਤਾਂ ਗਾਹ ਵਢਾਂ ਦੇ ਤਾਂ ਕੋਈ ਇਲਾਕੇ ਦਾ ਪੰਜਾਬ 'ਤੇ ਦਿਖਾਉ ਚਾ ਇੱਕੋ ਦੁੱਕੜ ਘਰ ਉਹਨਾਂ ਨੇ ਪੰਜਾਬ ਦੇ ਵਿੱਚ ਬਿਲਕੁਲ ਸਲਾਮ ਠੀਕ ਠਾਕ ਖੁਸ਼ ਅਜੀ ਅੱਜ ਅਸੀਂ ਵਹਿੰਦੇ ਪਏ ਥੋੜ੍ਹਾ ਕੰਮ ਦੇ ਕੰਮ ਕਿਆ ਕਰਨਾ ਜੀ ਵਜੂਦ ਤੱਕ ਦੇਖਿਆ ਨੇ ਅੱਛਾ ਜੀ ਜੋ ਗਾਹ ਪੜਦਾ ਮਜ਼ੀਦ ਹਮਾਰੇ ਚੈਨਲ ਕੋ ਲਾਜ਼ਮੀ ਬਿਰਾ ਦੋਸਤ ਸਬਸਕ੍ਰਾਈਬ ਕਰਨ ਉਹਦੇ ਬਾਅਦ ਜਿਤਨੀ ਥੀ ਸਕੇ ਲਾਜ਼ਮੀ ਸਪੋਰਟ ਹੀ ਕਰੋ ਅੱਗੇ ਸ਼ੇਅਰ ਵੀ ਕਰੋ ਸਾਡੇ ਗਰੀਬ ਚੈਨਲ ਹੈ 2022 'ਚ ਬਣਾਇਆ ਸੀ ਲੇਕਿਨ ਹਾਲੇ ਤੀਕ ਮਿਹਨਤ ਕਰਨ ਦੇ ਪਏ ਹੈ ਗੋਲਣਾ ਪਾਉਂਦੇ ਘਾਹ ਕੱਪਣਾ ਨੀ ਗੋਲਣਾ ਪਾਉਂਦੇ ਯਾਰ ਹਿੰਮ ਵਾਸਤੇ ਮੇਰੇ ਕੋਲ ਖਾਰ ਥੀਂਦੀ ਹਿੰਦੂ ਤੇ ਵਾਰ ਆਖਿਆ ਮੈਂ ਜਾਂ ਪਾਟਰੇ ਚਾਹੀਏ ਹੀ ਖੜ ਥੱਬਾ ਜਿਹੜਾ ਹੁਣ ਅਖੀਰ ਮੌਜੂਦ ਆ ਟੁਰਨਾ ਪਾਉਂਦੇ ਇਹਦੇ ਨਾਲ ਨਾ ਟੁਰਨਾ ਪਾਉਂਦਾ ਕਿਉਂ ਜੋ ਇਹ ਲੱਭਦੀ ਨਹੀਂ ਨਾ ਪਲ ਗੋਲਣਾ ਪਾਉਂਦੇ ਨਾ ਪਤਾ ਹੀ ਕਹਿੰਦਾ ਸੀ ਹੋ ਸੀ ਕਿ ਜਾ
ਲੋਕ ਪੱਟ ਦੇ ਘਰ ਵਾਲਾ ਸੀ ਉਹ ਸਹੀ ਵੱਧੀ ਦਾ ਸੀ ਕਿ ਦੇਖੋ ਇਹ ਹੀ ਵੇ ਸਹੀ ਤਿਲ ਇਹ ਹੀ ਵੇ ਸਾਹਮਣੇ ਜਿਹਦੇ ਬੁੜੀ ਪਈ ਹੈ ਇਹ ਹੀ ਵੇ ਸਹੀ ਉਹ ਕਿਆ ਸਰਿੰਦੇ ਧਾਨ ਇਹ ਧਾਨ ਹੀ ਵੇ ਸਹੀ ਹੇ ਵੇ ਸਹੀ ਧਾਨ ਬੁੜਾਪਾ ਹੈ ਦੇਖਾਂ ਕੋਈ ਨਜ਼ਰ ਦੇ ਕਿਥਾ ਹੀ ਨਾ ਕਿਤੇ ਨਜ਼ਰ ਦੀ ਹੋਵੇ ਕਿਸੇ ਚ ਨਹੀਂ ਨਜ਼ਰ ਤੀ ਅਸਲਾਮ ਵਾਲੇਕੁਮ ਚੱਲ ਠੀਕ ਹੀ ਵੇ ਖੁਸ਼ ਵੇ ਮਜ਼ੇ ਦੇ ਅੱਜ ਦਾ ਮਜ਼ੇਦਾਰ ਧੋਪੀ ਨਿਕਲੀ ਖੜੀ ਹੈ ਥੋੜ੍ਹੀ ਥੋੜ੍ਹੀ ਹਵਾ ਆਈ ਹੈ ਦੇ ਕੱਲ੍ਹ ਸ਼ਾਮ ਕੋ ਮੌਸਮ ਠੰਡਾ ਜੋ ਹੈ ਅੱਜ ਥੋੜ੍ਹਾ ਫਰਕ ਹੈ ਦੇ ਹੁਣ ਅਸੀਂ ਆਏ ਵਧੇ ਪੰਜਾਬ ਵਿੱਚ ਜਿਹੜਾ ਗਾਉਂ ਦਾ ਇਲਾਕੇ 'ਚ ਅਸੀਂ ਆਏ ਵਧੇ ਅਸੀਂ ਕਿਹਾ ਸੀ ਤੁਰੀ ਫਿਰੋ ਹਵਾ ਲਵਾਈ ਆਓ ਪੱਤਾ ਕੀਤੀ ਆਓ ਅਤੇ ਡਿੱਠੀ ਆਓ ਮੌਸਮ ਕਿਵੇਂ ਹੈ ਪੰਜਾਬ ਕਿਵੇਂ ਹੈ ਸਾਡੇ ਪੰਜਾਬ ਵਿੱਚ ਇਲਾਕੇ ਦੇਖ ਨੂੰ ਖੁੱਲ੍ਹਾ ਖੁੱਲ੍ਹਾ ਮਾਹੌਲ ਹੁੰਦੇ ਜਾ ਕੇ ਬੰਦਾ ਕੋਈ ਕਹਿੰਦਾ ਹਵਾ ਬਣ ਨਹੀਂ ਸਕਦੇ ਸ਼ਹਿਰਾਂ 'ਚ ਜਿਤਨਾ ਪਰੇਸ਼ਾਨੀ ਹੁੰਦੀ ਕਿਉਂ ਜੋ ਨਾ ਐਨ ਦਾ ਨਾ ਐਨ ਦਾ ਉਹ ਮਸਲੇ ਬਣਦੇ ਨੇ ਪੂਰਾ ਪੀਣਾ ਤਾਂ ਕਹਿ ਨਹੀਂ ਹੁੰਦਾ ਬੰਦਾ ਹਾਂ ਮਜ਼ੀਦ ਚੱਲਦੇ ਹੈ ਸਾਡੇ ਚੈਨਲ ਕੋ ਤਾਵਨ ਕਰੋ ਸਪੋਰਟ ਕਰੋ ਉਹਨਾਂ ਸੇ ਹੁਣ ਚੱਲਦੇ ਹੈ ਖੁਦਾ ਹਾਫਿਜ਼।